ਜੀ ਸੋ ਪੰਜਾਬੀਓ, ਵੋਟਾਂ ਦਾ ਕੰਮ ਬਾਈ ਨਿਬੜ ਗਿਆ ਤੇ ਕੱਲ ਨੂੰ ਆਉਣਾ ਨਤੀਜਾ। ਲੀਡਰ ਤਾਂ ਪਤਾ ਨਹੀਂ ਪਹਾੜਾਂ ਪੁਹਾੜਾਂ ਦੇ ਵਗ ਗਏ ਭਰਾਵੋ, ਆਪਾਂ ਤਾਂ ਆਪਦੇ ਕੰਮ ਤੇ ਆ ਗਏ। ਮੈਂ ਅੱਜ ਗੱਲ ਕਰਨੀ ਆ, ਧਿਆਨ ਨਾਲ ਸੁਣਿਓ ਤੇ ਇਹਨੂੰ ਸਾਂਝਾ ਵੀ ਕਰ ਦਿਓ ਮੇਰਾ ਵੀਰ, ਗੱਲ ਥੋੜੇ ਪਤੇ ਦੀ ਆ, ਗੱਲ ਕੰਮ ਦੀ। ਆਪਾਂ ਕਹਿੰਦੇ ਹਾਂ ਵੀ ਸਾਰੇ ਬੰਦੇ ਕਲਪਦੇ ਆ ਪੰਜਾਬ ਨੂੰ ਮਾਰਾਂ ਪੈ ਰਹੀਆਂ ਨੇ, ਪੰਜਾਬ ਦੇ ਉੱਤੇ ਬਹੁਤ ਜ਼ਿਆਦਾ ਹਾਲਾਤ ਮਾੜੇ ਆ ਪੰਜਾਬ ਸਰਕਾਰ। ਕਾਰਨ ਕੀ ਆ? ਜਿੱਥੇ ਸਾਨੂੰ ਇਹ ਹਕੂਮਤਾਂ ਮਾਰ ਰਹੀਆਂ ਨੇ, ਸਾਡਾ ਦੁਸ਼ਮਣ ਸਾਨੂੰ ਚਾਰ ਸਪਿਰੋਂ ਘੇਰ ਕੇ ਮਾਰ ਰਿਹਾ, ਉੱਥੇ ਅਸੀਂ ਵੀ ਜ਼ਿੰਮੇਵਾਰ ਹਾਂ। ਆਪਾਂ ਕਿਵੇਂ ਜ਼ਿੰਮੇਵਾਰ ਹਾਂ? ਹੁਣ ਤੁਸੀਂ ਦੇਖੋ ਜਿੱਥੇ ਅਸੀਂ ਖੜ੍ਹੇ ਹਾਂ, ਅੱਗ ਲਾਈ ਆ ਬਾਈ ਵਾਹਣਾਂ 'ਚ, ਲੋਕਾਂ ਨੇ ਦਰੱਖਤ ਫੂਕੇ ਆ, ਆਹ ਦੇਖੋ ਡੱਬਿਆਂ ਦੇ ਵੀ ਅੱਗਾਂ ਚਾੜ੍ਹਤੀਆਂ, ਇਹ ਪੰਚਾਇਤੀ ਡੱਬਾ ਇੱਥੇ ਹੀ ਫੂਕਤੇ, ਅੱਗਾਂ ਲਾ ਕੇ ਲੋਕਾਂ ਨੇ ਹਜ਼ਾਰਾਂ ਦਰੱਖਤ ਫੂਕੇ, ਬੱਚੇ ਟਟੀਰੀਆਂ ਦੇ ਆਂਡੇ, ਹੋਰ ਕਿੰਨੇ ਪੰਛੀ, ਕਿੰਨੇ ਹੀ ਇੱਥੇ ਜਨੌਰ ਮਾਰੇ ਗਏ, ਕਿੰਨਾ ਧਰਤੀ ਦਾ ਤੱਤ ਜਿਹੜਾ ਕਾਣਾ ਮਚਾਇਆ ਗਿਆ, ਕਿੰਨਾ ਅਨਾਜ ਉਹ 'ਚ ਮੱਚਿਆ ਹੋਣਾ। ਹੁਣੇ ਆਪਾਂ ਕਦੇ ਸੋਚਿਆ ਵੀ ਜਦੋਂ ਅਸੀਂ ਇੰਨਾ ਅਸੀਂ ਇੱਕ ਪਾਸੇ ਪਾਪ ਕਰ ਰਹੇ ਹਾਂ, ਇੰਨਾ ਅਸੀਂ ਉਹ ਕੁਦਰਤ ਨਾਲ ਐਡਾ ਵੱਡਾ ਅੱਡਾ ਅਸੀਂ ਲਾ ਰੱਖਿਆ, ਇੱਕ ਪਾਸੇ ਆਪਾਂ ਕਹਿੰਦੇ ਹਾਂ ਉਹ ਗੜਿਆਂ ਨਾਲ ਫਸਲਾਂ ਮਰ ਗਈਆਂ, ਉਹ ਸਾਡੀ ਜਵਾਨੀ ਚਿੱਟੇ ਨਾਲ ਮਰ ਗਈ, ਕਿਸੇ ਦੇ ਜਵਾਕ ਨਹੀਂ ਹੁੰਦਾ, ਕਿਸੇ ਦੇ ਕੋਈ ਬਿਮਾਰੀ ਵੜ ਗਈ, ਕੋਈ ਕੈਂਸਰ ਆ ਗਿਆ, ਕੋਈ ਨੌਜਵਾਨ ਐਕਸੀਡੈਂਟ 'ਚ ਮਾਰੇ ਜਾ ਰਹੇ ਨੇ, ਜਾਣੇ ਕੀ ਕੁਛ ਹੋਈ ਜਾਂਦਾ ਪੰਜਾਬ ਦੇ ਵਿੱਚ। ਉਹਦੇ ਲਈ ਹੁਣ ਸਾਨੂੰ ਬੰਦੇ ਨੂੰ ਲੱਗਦਾ ਵੀ ਨਹੀਂ ਯਾਰ, ਧਰਤੀ ਬਸ ਪਰਮਾਤਮਾ ਨੇ ਮੈਨੂੰ ਜੰਮਿਆ ਅਤੇ ਮੇਰੇ ਲਈ ਆ, ਨਹੀਂ ਯਾਰ, ਅਕਲ ਨੂੰ ਹੱਥ ਮਾਰ। ਇਹ ਜਿਹੜੀ ਧਰਤੀ ਆ ਨਾ, ਇਹ ਉਸ ਕਾਦਰ ਨੇ, ਇਹ ਕੁੱਲ ਜੀਵ ਜੰਤੂ ਪਸ਼ੂ ਪੰਛੀ ਬਨਸਪਤੀ ਕੋ ਸਾਰਿਆਂ ਲਈ ਬਰਾਬਰ ਹੱਕ ਰੱਖਦੇ ਆ ਸਾਰੇ ਧਰਤੀ ਦੇ ਉੱਤੇ। ਤੈਨੂੰ ਲੱਗਦਾ ਕਿ ਮੇਰੀ ਇਕੱਲੇ ਲਈ ਆ ਇਹ, ਤੂੰ ਸਾਰਾ ਕੁਛ ਆਪਦੇ ਕਬਜ਼ੇ 'ਚ ਕਰਨ ਨੂੰ ਫਿਰਦਾ, ਇਸੇ ਕਰਕੇ ਤਾਂ ਔਖਾ ਹੋਇਆ ਮਰੀ ਜਾਂਦਾ। ਸਭ ਤੋਂ ਵੱਡਾ ਬੈਰੀ ਮੈਂ ਦੇਖਦਾ ਜੇ ਪੰਜਾਬ ਦੀ ਧਰਤੀ ਆਬੋ ਹਵਾ ਦਾ ਕੋਈ ਬੈਰੀ ਬਣਿਆ ਹੋਇਆ, ਠੀਕ ਆ, ਉਹ ਫੈਕਟਰੀਆਂ ਲਾ ਕੇ ਸਾਡੇ ਉਹਨਾਂ ਨੇ ਧਰਤੀ ਹਵਾ ਪਾਣੀ ਜ਼ਹਿਰੀਲੇ ਕਰਤੇ, ਅਸੀਂ ਕੀ ਕਰ ਰਹੇ ਹਾਂ? ਅੱਜ ਯਾਰ ਹਾਂਕਾਰ ਮੱਚੀ ਪਈ, ਉਹ ਤਾਪਮਾਨ ਵੱਧ ਗਿਆ, ਉਹ ਗਰਮੀ ਆ ਗਈ ਹੋਏ। ਹੁਣ ਜਿਹੜਾ ਬੰਦਾ ਸਭ ਤੋਂ ਵੱਧ ਦਰੱਖਤ ਪੜਦਾ ਜਿਹਨੇ ਕਦੇ ਲਾਏ ਨਹੀਂ ਹੋਣੇ, ਹਾਂ ਕਿੱਡੇ ਦਾ ਐਡੀ ਜੀਭ ਨਿਕਲੀ ਹੁੰਦੀ ਆ, ਭੱਜ ਕੇ ਆਉਣਾ ਦਰੱਖਤ ਥੱਲੇ ਵੀ ਛਾਂ ਥੱਲੇ ਜਾਣਾ। ਹੁਣ ਕਿਉਂ ਭੱਜਦੇ ਹੋ? ਖੜ੍ਹੇ ਧੁੱਪੋ, ਧੁੱਪੇ ਖੜ੍ਹ ਕੇ ਦੇਖੋ, ਕਿਉਂ ਏਸੀਆਂ 'ਚ ਭੱਜਦੇ ਹੋ? ਕਿਉਂ ਰੌਲਾ ਪਾਉਂਦੇ ਹੋ? ਉਹ ਇੰਨੀ ਗਰਮੀ ਹੋ ਗਈ, ਉਹ ਮੀਂਹ ਨਹੀਂ ਪੈਂਦਾ, ਮੀਂਹ ਸਵਾਹ ਪਵੇ, ਦਰਾਜ ਛੱਡਾ ਕੋਈ? ਆਹ ਸਰਕਾਰਾਂ ਨੇ ਪੱਟ 'ਤੇ ਜਿੰਨੇ ਹਾਈਵੇ ਬਣਾਏ ਆ ਉਹ ਤਬਾਹ ਕਰਤੇ ਸਾਰੇ, ਆ ਰਹਿੰਦਾ ਖੁੰਦਾ ਜਿਹੜਾ ਤੁਹਾਡੇ ਖੇਤਾਂ 'ਚ ਖੜ੍ਹੇ ਸੀਗੇ ਉਹ ਤੁਸੀਂ ਪੱਟ 'ਤੇ, ਮਿੰਟ ਲਾਉਂਦੇ ਹੋ ਪੱਟਣ ਲੱਗੇ, ਫਸਲ ਮਰਦੀ ਆ ਜੀ, ਫਲਾਨਾ ਹੁੰਦਾ, ਢਮਕਾਨਾ ਹੁੰਦਾ ਜੀ, ਉਹ ਮਾੜੀ ਮੋਟੀ ਉਹ ਪੰਜ ਚਾਰ ਮਣ ਦਾਣੇ ਘੱਟ ਹੋ ਜਾਣਗੇ, ਉਹ ਦੂਜੇ ਪਾਸੇ ਨੁਕਸਾਨ ਦੇਖੋ, ਇਕੱਠੇ ਗਿਆ ਤਾਪਮਾਨ 48-49-50 'ਤੇ ਵੱਗ ਗਿਆ, ਓਏ ਤੁਹਾਡੀਆਂ ਨਸਲਾਂ ਦੇ ਰਹਿਣ ਜੋ ਧਰਤੀ ਰਹਿਣੀ ਨਹੀਂ ਹੋਏ, ਇਹ ਵੈਸੇ ਮੈਨੂੰ ਲੱਗਦਾ ਕਿ ਜਿਹੜੀ ਮਨੁੱਖ ਦੀ ਪ੍ਰਜਾਤੀ ਆਪਾਂ ਆਪ ਹੀ ਖਤਮ ਕਰ ਲੈਣੀ ਹੈ। ਸਭ ਤੋਂ ਵੱਡਾ ਬੈਰੀ ਬੰਦਾ ਬਣਿਆ ਅੱਗਾਂ ਲਾ ਲਾ ਕੇ, ਜਿਹੜੇ ਬੰਦਾ ਨੇ ਨਾੜ ਨੂੰ ਅੱਗ ਲਾਈ ਆ, ਸਰ ਜਾਂਦਾ ਨਾੜ ਨੂੰ ਅੱਗ ਲਾਏ ਤੋਂ ਬਿਨਾਂ, ਇੱਕ ਵਾਰੀ ਆਪਣਾ ਤਵੀਆਂ ਨਾਲ ਵਾਹ ਕੇ ਜਾਂ ਹਲਾਂ ਨਾਲ ਵਾਹ ਕੇ ਇੱਕ ਵਾਰੀ ਪਾਣੀ ਲਾ ਦੋ ਗਲ ਜਾਂਦਾ, ਇਹ ਕਿੱਡੀ ਗੱਲ ਆ? ਨਹੀਂ, ਸਾਨੂੰ ਨਾ ਤੇਲ ਫੂਕਣਾ ਪਏ, ਚੱਕਦੇ ਆ ਸੀਕ ਠੋਕਦੇ ਹੋ ਡੱਬੀ ਫੂਕ ਦਿੰਦੇ ਹੋ, ਹੋਇਆ ਕੱਲ ਨੂੰ ਹੱਥ ਮਾਰ ਲਾ, ਹੋਇਆ ਕੱਲ ਨੂੰ ਮੈਂ ਤਾਂ ਬਹੁਤ ਚਿਰ ਦਾ ਕਲਪਦਾ ਫਿਰਦਾ, ਹੋਇਆ ਕੱਲ ਨੂੰ ਹੱਥ ਮਾਰ ਲਓ, ਔਖੇ ਹੋ ਗਏ ਤੁਹਾਡੇ ਭੋਰਾ ਭਰ ਜਵਾਕਾਂ ਨੂੰ, ਸਾਲ ਸਾਲ ਦਾ ਨੂੰ ਕੈਂਸਰ, ਕਾਲੀ ਪੀਲੀ, ਸ਼ੂਗਰ, ਟੀ ਵੀ,
ਭਰੇ ਪਿਆ ਹਸਪਤਾਲ ਹੋਏ, ਇਹ ਤੁਹਾਡੀ ਆਪਣੀ ਦੇਣ ਵੀ ਹੈਗੀ ਆ। ਸਾਰੀ ਧਰਤੀ ਜ਼ਹਿਰੀਲੀ ਕਰਤੀ ਪਾ ਪਾ ਕੇ ਇੱਥੇ ਜ਼ਹਿਰਾਂ, ਕੋਈ ਸੋਚਦਾ ਨਹੀਂ, ਕੋਈ ਸਮਝਦਾ ਨਹੀਂ, ਬਹੁਤ ਚਿਰ ਦੇ ਕਲਪਦੇ ਫਿਰਦੇ, ਮੱਥਾ ਮਾਰਦੇ ਫਿਰਦੇ, ਓਏ ਬਚਾ ਲਓ, ਕਿੱਥੇ ਐਡਾ ਐਡਾ ਕਿੱਥੇ, ਅਸੀਂ ਕਿੱਧਰ ਨੂੰ ਜਾਣਾ, ਐਡੀ ਕਿਹੜੀ ਕਾਹਲੀ ਅੱਗ ਲੱਗੀ ਆ, ਸਾਨੂੰ ਕਿਹੜੇ ਖੂਹ 'ਚ ਡਿੱਗਣਾ। ਦੂਜੀ ਬੇਨਤੀ ਸੁਣ ਲਓ, ਆ ਜੰਗਲ ਲਾਏ ਸੀਗੇ ਭਰਾਵੋ ਅਸੀਂ, ਸਾਡੇ ਬਿਨਾਂ ਇਹ ਵੀ ਉਦਾਸ ਹੋ ਗਏ ਯਾਰ, ਸੁੱਕ ਸੱਕ ਚੱਲੇ ਵਿਚਾਰੇ, ਹੁਣ ਅੱਜ ਆ ਕੇ ਪਤਾ ਲਿਆ ਲੀਡਰ ਦਾ ਅਸੀਂ ਛੱਡੇ ਪਏ ਹੋਣੇ ਭਰਾਵੋ, ਵੋਟਾਂ ਮੱਕੀਆਂ ਸਾਡਾ ਤਾਂ ਵਹੀ ਕੰਮ ਆ, ਅਸੀਂ ਤਾਂ ਹੁਣ 2-2.5-3 ਮਹੀਨੇ ਸੌਣ ਭਾਦਨ ਤਾਂ ਕਿੰਨਾ ਜੀ ਰਹਿਣਾ। ਇਹ ਵੀ ਉਡੀਕਦਿਆਂ ਦੀਆਂ ਵਿਚਾਰਾਂ ਦੀਆਂ, ਕਈ ਤਾਂ ਸਾਨੂੰ ਉਡੀਕਦੇ ਉਡੀਕਦੇ ਚੱਲ ਹੀ ਵਸੇ, ਕਈਆਂ ਦੀਆਂ ਅੱਖਾਂ ਪੱਕ ਗਈਆਂ ਵੀ ਆਉਣਗੇ ਘਰੋਂ ਦੇਣਗੇ ਪਾਣੀ, ਸਵਾਦ ਛੱਡਿਆ ਬਾਈ ਪਾਣੀ ਇਹਨਾਂ ਨੂੰ ਆ ਕੇ, ਹੁਣ ਛੱਡਿਆ ਲਿਆ ਕੇ ਸਵਾਦ, ਜਦੋਂ ਹੁਣ ਆਪਾਂ ਇਸ ਕੰਮ 'ਤੇ ਹਾਂ। ਤੁਹਾਨੂੰ ਬੇਨਤੀ ਇੰਨੀ ਆ ਯਾਰ, ਜੇ ਰੱਤੀ ਭਰ ਵੀ ਆਪਣੇ ਆਪ ਨੂੰ ਪਿਆਰ ਕਰਦੇ ਹੋ, ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਪਿਆਰ ਕਰਦੇ ਹੋ, ਉਹਨੂੰ ਬਚਾਉਣਾ ਚਾਹੁੰਦੇ ਹੋ, ਤਾਂ ਕੁਦਰਤ ਨੂੰ ਸਾਂਭ ਲਓ ਯਾਰ, ਜਿੱਥੇ ਕਿਤੇ ਕੋਈ ਦਰਖਤ ਲੱਗਿਆ ਬਾਈ ਉਹਨੂੰ ਪਾਣੀ ਦਿਓ ਯਾਰ, ਪੰਛੀਆਂ ਨੂੰ ਪਾਣੀ ਰੱਖੋ ਭਰ ਕੇ, ਕੋਈ ਕਨਾਲੀਆਂ 'ਚ, ਕੋਈ ਬਠਲੀਆਂ 'ਚ, ਕੋਈ ਠੁੱਲਿਆਂ ਕੌਲੀਆਂ 'ਚ, ਉਹਨਾਂ ਨੂੰ ਵੀ ਪਾਣੀ ਕਿਤੇ ਹੈ ਨਹੀਂ ਬਾਈ, ਬਹੁਤ ਦੀ ਗਰਮੀ ਪੈਂਦੀ ਆ, ਅੱਖ ਨਿਕਲਦੀਆਂ, ਝਾਕਿਆ ਨਹੀਂ ਜਾਂਦਾ। ਸੋ ਇਸ ਕਰਕੇ ਤੁਹਾਨੂੰ ਬੇਨਤੀਆਂ ਇੰਨੀਆਂ ਆ, ਨਾ ਕੁਦਰਤ ਦੇ ਵੈਰੀ ਬਣੋ, ਨਾ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਵੈਰੀ ਬਣੋ, ਬੇਸਮਝੀ ਦੇ ਵਿੱਚ ਅਸੀਂ ਨੁਕਸਾਨ ਕਰ ਰਹੇ ਹਾਂ। ਫਿਰ ਕਹਿੰਦਾ ਸਾਡੇ ਜਵਾਕ ਅੰਦਰ ਹੀ ਮਰ ਗਿਆ ਜੀ, ਹੋਇਆ ਨਹੀਂ ਜੀ, ਘਾਟੇ ਦਾ ਹੋ ਗਿਆ ਜੀ, ਬਿਮਾਰ ਹੋ ਗਿਆ ਜੀ, ਚੱਕ ਕੇ ਹਸਪਤਾਲਾਂ 'ਚ ਚੱਕੀ ਫਿਰਦੇ ਹੋ, ਜਵਾਕਾਂ ਨੂੰ ਆਪ ਤੁਰੇ ਫਿਰਦੇ ਹੋ, ਭਰੀ ਜਾਂਦੇ ਹੋ ਹਸਪਤਾਲ ਡਾਕਟਰਾਂ ਦੇ ਪੈਸੇ, ਘਰ ਉਹਨਾਂ ਦੇ ਭਰੀ ਜਾਂਦੇ ਪੈਸਿਆਂ ਦੇ ਨਾਲ, ਜਿਹੜੇ 4 ਰੁਪਏ ਕਮਾਉਂਦੇ ਹੋ ਆਹੀ ਕਮਾਉਂਦੇ ਹੋ, ਜਿਹੜੇ ਕਹਿੰਦੇ ਵੀ ਦਰਖਤ ਪੱਟ ਦਿਓ 4 ਮਣ ਦਾਣੇ ਘੱਟ ਹੁੰਦੇ ਆ, ਉਹ 4 ਮਣ ਛੱਡੋ ਸਾਰਾ ਘਰ ਲੱਗ ਕੇ ਵੀ ਨਹੀਂ ਬਚਦੇ ਹੋਏ। ਇਹੀ ਤਾਂ ਇੱਥੇ ਆਪਾਂ ਕਹਿੰਦੇ ਵੀ ਸਾਰਾ ਇੱਥੇ ਹੈ, ਨਰਕ ਸੁਰਗ ਜਿਹਨੂੰ ਬੋਲਿਆ ਜਾਂਦਾ ਇੱਥੇ ਹੈ, ਇੱਥੇ ਭਰਦਾ ਬੰਦਾ, ਉਹ ਭਰੀ ਜਾਂਦੇ ਹਾਂ ਆਪਾਂ, ਜਿਹੜਾ ਅਸੀਂ ਕੁਦਰਤ ਦਾ ਘਾਣ ਕਰਦੇ ਹਾਂ ਉਹ ਇੱਥੇ ਸਾਡੇ ਸਾਹਮਣੇ ਆਈ ਜਾਂਦਾ, ਕੋਈ ਬੰਦਾ ਸੋਚਣ ਨੂੰ ਤਿਆਰ ਨਹੀਂ ਇਹਨਾਂ ਗੱਲਾਂ ਬਾਰੇ। ਸੋ ਬੇਨਤੀ ਆ ਇੱਕ ਤਾਂ ਕਿ ਇਹਨਾਂ ਗੱਲਾਂ ਬਾਰੇ ਗੌਰ ਕਰੋ ਮੇਰਾ ਵੀਰ। ਸੋ ਬਹੁਤ ਦੀ ਗਰਮੀ ਆ, ਵੱਧ ਤੋਂ ਵੱਧ ਦਰੱਖਤਾਂ ਨੂੰ ਪਾਣੀ ਦਿਓ, ਪੰਛੀਆਂ ਨੂੰ ਜਾਨਵਰਾਂ ਨੂੰ ਪਾਣੀ ਧਰੋ, ਰੁੱਖ ਨਾ ਵੱਢੋ, ਨਾ ਪੱਟੋ, ਨਾ ਅੱਗਾਂ ਲਾਓ, ਸੰਭਲ ਜਾਓ, ਸੰਭਲ ਜਾਓ, ਇਹ ਪ੍ਰਜਾਤੀ ਤੁਹਾਡੀ ਆਉਣ ਵਾਲੀਆਂ ਨਸਲਾਂ ਇੱਥੇ ਖਤਮ ਹੋ ਜਾਣਗੀਆਂ, ਉਹਦੇ ਜ਼ਿੰਮੇਵਾਰ ਤੁਸੀਂ ਲੋਕ ਹੋਵੋਗੇ। ਏ ਸੀ ਕਿੰਨਾ ਚਿਰ ਚੱਲਣਗੇ, ਏ ਸੀਆਂ ਦੀ ਅੱਗ ਭਰਾਈ ਜਾਂਦੀ ਜਿਹੜੀ ਏ ਸੀਆਂ 'ਚ ਪੈਂਦੇ ਹੋ, ਏ ਸੀ 'ਚ ਪੈ ਕੇ ਵੀ ਬਿਮਾਰ ਹੋ, ਕਿਹੜਾ ਗੋਡਾ ਮੋਢਾ ਦੁਖਣ ਲੱਗ ਗਿਆ, ਕਿਸੇ ਨੂੰ ਸਾਹ ਦਾ ਰੋਗ ਹੋ ਗਿਆ, ਏ ਸੀ ਵੀ ਮਾੜੇ ਨੇ, ਬਾਲੀ ਠੰਡ ਵੀ ਮਾੜੀ ਆ, ਧੁੱਪ ਵੀ ਲਿਆ ਕਰੋ। ਗੁਰਬਾਣੀ ਕੀ ਕਹਿੰਦੀ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਆਪਾਂ ਵੀ ਇਸ ਬ੍ਰਹਿਮੰਡ ਦਾ ਅੰਗ ਹਾਂ, ਹਿੱਸਾ ਇਹਦਾ, ਬੰਦਾ ਕਹਿੰਦੇ 5 ਤੱਤਾਂ ਤੋਂ ਬਣਿਆ ਨਾ, ਮਿੱਟੀ ਤੋਂ ਵੀ ਆਪਾਂ ਬਣੇ ਹਾਂ, ਹਵਾ ਤੋਂ ਵੀ ਬਣੇ ਹਾਂ, ਪਾਣੀ ਤੋਂ ਵੀ, ਅੱਗ ਤੋਂ ਵੀ, ਆਕਾਸ਼ ਤੋਂ ਵੀ, ਆਪਾਂ ਇਹਦਾ ਹੀ ਅੰਗ ਹਾਂ, ਇਹਨੂੰ ਹੀ ਆਪਾਂ ਬਰਬਾਦ ਕਰਨ 'ਤੇ ਲੱਗੇ, ਇਹਨੂੰ ਆਪਾਂ ਮਾਣ ਨਹੀਂ ਰਹੇ। ਜੇ ਉਹਨੇ ਸਾਨੂੰ ਗਰਮੀ ਦਿੱਤੀ ਹੈ ਤਾਂ ਗਰਮੀ ਮਾਣੋ, ਵਿਟਾਮਿਨ ਡੀ ਕਿੰਨਾ ਧੁੱਪ 'ਚ ਸਭ ਤੋਂ ਜ਼ਿਆਦਾ ਆ, ਬਿਮਾਰ ਹੀ ਨਹੀਂ ਹੁੰਦੇ ਜੇ ਤੁਸੀਂ ਧੁੱਪ ਲੈਂਦੇ ਰਹੋ, ਗਰਮੀਆਂ 'ਚ ਤੁਸੀਂ ਏ ਸੀ ਠੋਕ ਦਿੰਦੇ ਹੋ, ਠੰਡਾਂ 'ਚ ਤੁਸੀਂ ਹੀਟਰ ਠੋਕ ਦਿੰਦੇ ਹੋ, ਔਰ ਜੋ ਤੁਹਾਨੂੰ ਕੁਦਰਤ ਨੇ ਜਿਵੇਂ ਬਣਾਇਆ ਉਵੇਂ ਆ ਜਾਓ, ਨਾਲੇ ਬਾਹਲਾ ਫਰਕ ਨਹੀਂ ਪੈਂਦਾ, ਐਡੀ ਨਹੀਂ ਗੱਲ ਇਹ, ਗਰਮੀ ਗੁਰਮੀ ਇਹ 2 ਦਿਨ ਹੀ ਲੱਗਦੀ ਆ। ਵਿਟਾਮਿਨ ਡੀ ਤੁਹਾਡੇ ਸਰੀਰ ਦਾ ਧੁਰਾ, ਜੇ ਵਿਟਾਮਿਨ ਡੀ ਪੂਰਾ, ਤੁਹਾਨੂੰ ਕੋਈ ਬਿਮਾਰੀ ਨਹੀਂ ਆ, ਰਸ਼ਟ ਪੁਸ਼ਟ ਆਉਂਗੇ ਹਰ ਪੱਖ ਤੋਂ।
ਉਹ ਵਿਟਾਮਿਨ ਡੀ ਆ ਮਿਲਦਾ ਸਿੱਧਾ ਧੁੱਪ ਤੋਂ। ਸੋ ਕੁਦਰਤ ਨਾਲ ਜੁੜੋ ਬਾਈ, ਸੌਖੇ ਹੋਣਾ ਦਾ ਜ਼ਿੰਦਗੀ ਜਾਣ ਦਾ ਇੱਕ ਮੋਟਾ ਫੰਡਾ ਸਮਝ ਲਓ। ਜੇ ਜ਼ਿੰਦਗੀ ਵਧੀਆ ਤਰੀਕੇ ਨਾਲ ਜਾਣੀ ਹੈ, ਤੁਸੀਂ ਜਿੰਨਾ ਕੁਦਰਤ ਦੇ ਜਿੰਨਾ ਕਾਦਰ ਦੇ ਨੇੜੇ ਹੋ ਜਾਓਗੇ, ਜਿੰਨਾ ਧਰਤੀ ਮਿੱਟੀ ਜ਼ਮੀਨ ਨਾਲ ਜੁੜ ਜਾਓਗੇ, ਜਿੰਨਾ ਇਹਦਾ ਆਨੰਦ ਮਾਣੋਗੇ, ਜ਼ਿੰਦਗੀ ਖੂਬਸੂਰਤ ਆ ਬਾਈ, ਨਜ਼ਾਰਾ ਜ਼ਿੰਦਗੀ। ਬਸ ਇਹੀ ਬੇਨਤੀ ਆ ਬਾਈ, ਰੁੱਖ ਨਾ ਪੱਟੋ ਵੱਢੋ, ਨਾ ਅੱਗਾਂ ਲਾਓ,